ਫਿਰੋਜ਼ਪੁਰ ਦੀ ਸਬਜ਼ੀ ਮੰਡੀ ਵਿੱਚ ਰੇੜੀ ਫੜੀ ਵਾਲਿਆਂ ਨੇ ਉਸ ਵੇਲੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਜਦੋਂ ਉਹਨਾਂ ਨੂੰ ਆਪਣੇ ਤੇ ਪਏ 50 ਰੁਪਏ ਦੇ ਟੈਕਸ ਦੇ ਬੋਝ ਦਾ ਪਤਾ ਲੱਗਿਆ। ਨਾਰੇਬਾਜ਼ੀ ਦਾ ਇਹ ਦੌਰ ਕਾਫੀ ਲੰਮਾ ਚੱਲਦਾ ਰਿਹਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਖਰਚੇ ਜੋਗੇ ਪੈਸੇ ਵੀ ਨਹੀਂ ਬਣਦੇ। ਹੁਣ ਮੰਡੀ ਬੋਰਡ ਨੇ ਉਹਨਾਂ ਤੇ ਹੋਰ ਵਾਧੂ ਬੋਝ ਪਾ ਦਿੱਤਾ। ਉਧਰ ਦੂਜੇ ਪਾਸੇ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਮੁਤਾਬਿਕ ਮੰਡੀ ਦੇ ਰੱਖ ਰਖਾਵ ਲਈ ਇਹ ਟੈਕਸ ਵਸੂਲਿਆ ਜਾ ਰਿਹਾ। ਇਹਨਾਂ ਨੂੰ ਰੋਜ਼ਗਾਰ, ਰੋਟੀ ਕਮਾਉਣ ਦਿਓ, ਰੋਟੀ ਖਾਣ ਦਿਓ, ਕਿਸੇ ਨਾਲ ਧੱਕਾ ਨਾ ਕਰੋ। ਫਿਰ ਕਹਿੰਦੇ ਆਪਾਂ ਨਸ਼ਿਆਂ ਤੋਂ ਰਾਹ ਧੋਈਏ, ਅੱਜ ਕੰਮ ਲੱਗੇ ਨੇ ਕੱਲ੍ਹ ਨੂੰ ਨਸ਼ਿਆਂ ਦੇ ਲੱਗਣਗੇ। ਇਹਨਾਂ ਨੂੰ ਕੰਮ ਕਰਨ ਦਿਓ, ਰੋਟੀ ਕਮਾਉਣ ਦਿਓ। ਮੇਰੀ ਤੁਹਾਡੇ ਹੱਥ ਜੋੜ ਕੇ ਅੱਗੇ ਬੇਨਤੀ ਹੈ, ਇਹਨਾਂ ਨੂੰ ਸਿਰਫ ਕੰਮ ਕਰਨ ਦਿਓ, ਮਿਹਨਤ ਕਰਨ ਦਿਓ। ਸਵੇਰੇ ਤੜਕੇ ਘਰੇ ਆਉਂਦੇ ਨੇ, ਵਿਚਾਰਿਆਂ ਨੂੰ ਪਤਾ ਨਹੀਂ ਦਿਹਾੜੀ ਬੰਨੀ ਕਿ ਨਹੀਂ ਬੰਨੀ, ਪਰ ਸਰਕਾਰ ਏਡਾ ਧੱਕਾ ਕਰ ਰਹੀ ਹੈ ਨਾ। ਕਿਸੇ ਪ੍ਰਕਾਰ ਦਾ ਕੋਈ ਗੁੱਸਾ ਟੈਕਸ ਨਹੀਂ, ਇਹ ਪੰਜਾਬ ਮੰਡੀ ਬੋਰਡ ਵੱਲੋਂ ਸਬਜ਼ੀ ਮੰਡੀ ਵਿੱਚ 2,400 ਦੇ ਨਾਮ ਤੇ ਟੈਕਸ ਲਗਾਇਆ ਗਿਆ, ਜਿਹੜਾ ਠੇਕੇ 'ਤੇ ਦਿੱਤਾ ਗਿਆ। ਅਤੇ ਠੇਕੇਦਾਰ ਨੇ ਵੀ ਕਲੈਕਸ਼ਨ ਕਰਨੀ ਹੈ, ਉਹਨੇ ਨਾਲ ਮੰਡੀ ਦੀ ਸਫਾਈ ਰੱਖਣੀ ਹੈ, ਉਹਦੀਆਂ ਵੀ ਕੋਈ ਜ਼ਿੰਮੇਵਾਰੀਆਂ ਹਨ। ਇਹ ਰੈਵਨਿਊ ਬਣਾਉਣ ਦਾ ਇੱਕ ਤਰੀਕਾ ਹੈ, ਉਸ ਤਾਂ 2 ਸਾਲ ਤੋਂ ਸ਼ੁਰੂ ਸੀ ਜੀ, ਹੁਣ ਕੋਈ ਪੰਜਾਬ ਦੀਆਂ ਮੰਡੀਆਂ 'ਤੇ ਲਾਗੂ ਹੋ ਗਿਆ।